ਬੋਤਲ ਨਾਲ ਬਣੀ ਜੈੱਟ ਕਾਰ ਸਾਰੇ ਬੱਚਿਆਂ ਨੂੰ ਚੰਗੀ ਲੱਗਦੀ ਹੈ। ਕਾਰ ਬਣਾਉਣ ਲਈ ਦੋ ਜੋੜੀ ਪਹੀਏ ਗੱਤੇ ਦੇ ਬੋਰਡ ਨਾਲ ਲਗਾਓ। ਪਹੀਏ ਆਰਾਮ ਨਾਲ ਘੁੰਮ ਸਕਦੇ ਹਨ। ਤਦ ਇੱਕ ਪਲਾਸਟਿਕ ਬੋਤਲ ਨੂੰ ਇਸ ਕਾਰ ਨਾਲ ਟੇਪ ਲਗਾ ਕੇ ਜੋੜ ਦਿਓ। ਬੋਤਲ ਨੂੰ ਸਾਈਕਲ ਦੇ ਪੰਪ ਨਾਲ ਇੱਕ ਕੋਰਕ ਅਤੇ ਟਿਊਬ ਲਗਾ ਕੇ ਜੋੜੋ। ਸਾਈਕਲ ਪੰਪ ਨੂੰ ਕਈ ਵਾਰ ਚਲਾਓ। ਛੇਤੀ ਹੀ ਬੋਤਲ ਹਵਾ ਨਾਲ ਭਰ ਜਾਏਗੀ। ਤਦ ਦੇਖੋ ਕੋਰਕ ਇਸ ਤੋਂ ਵੱਖਰਾ ਹੋ ਜਾਏਗਾ ਅਤੇ ਬੋਤਲ ਕਾਰ ਜੈੱਟ ਵਾਂਗ ਅੱਗੇ ਨੂੰ ਚਲੀ ਜਾਏਗੀ। ਇੱਕ ਸਿੱਧੇ ਫਰਸ਼ 'ਤੇ ਤੁਹਾਡੀ ਕਾਰ 30 ਫੁੱਟ ਤੋਂ ਵੀ ਦੂਰ ਜਾਏਗੀ।